ਸੋਲੂਟ ਪੰਜਾਬ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਜੀ ਤੇ ਆਪਾਂ ਜਿਹੜਾ ਪਹਿਲਾਂ ਲਗਾ ਮਾਤਰਾ ਸ਼ੁਰੂ ਕੀਤੀਆਂ ਤੇ ਮੈਂ ਨਾਲ ਦੀ ਨਾਲ ਦੱਸਦਾ ਆਵਾਂਗੇ ਆਪਾਂ ਪਿਛਲਾ ਜਿਹੜਾ ਸਾਫਕ ਸੀਗਾ ਉਹਦੇ ਵਿੱਚ ਕੰਨਾ ਫੇਰ ਉਹਦੋਂ ਗਾਹਾ ਆਪਾਂ ਸਿੱਖਿਆ ਸੀ ਸਿਹਾਰੀ ਫੇ ਬਿਹਾਰੀ ਤੇ ਹੁਣ ਜਿਹੜਾ ਆ ਇਹ ਮਾਤਰਾ ਇਹਨੂੰ ਸਾਧਿਆ ਔਂਕੜ ਤੇ ਔਂਕੜ ਜਿਹੜੀ ਆ ਅੱਖਰ ਦੇ ਥੱਲੇ ਲੱਗਦੀ ਆ ਤੇ ਪੂਰੀ ਲੰਬਾਈ ਇਹਦੀ ਅੱਖਰ ਜਿੰਨੀ ਹੁੰਦੀ ਆ ਤੇ ਥੋੜੀ ਜਿਹੀ ਟੇਡੀ ਹੁੰਦੀ ਐ ਇਦਾਂ ਪਰ ਜੇ ਟੇਡੀ ਨਾ ਵੀ ਹੋਵੇ ਇਹਦਾ ਲਿਖਣ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਤੇ ਇਹਦੇ ਨਾਲ ਊ ਦੀ ਆਵਾਜ਼ ਬਣਦੀ ਥੱਲੇ ਉਹਦੀਆਂ ਥੋੜੀ ਜਿਹੀ ਬਹੁਤੀ ਆਪਾਂ ਮਸਾਲਾਂ ਜਿਹੜੀਆਂ ਆ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿਸ ਤਰ੍ਹਾਂ ਆਪਾਂ ਲਿਖਣਾ ਹੋਵੇ ਨੁਕਸਾਨ ਨੰਨਾ ਕਕਾ ਸਾਨ ਸਸਾ ਨੰਨਾ ਨੰਨਾ ਹੋੜੇ ਬਣ ਗਿਆ ਨੁਕਸਾਨ ਨੁਕਸਾਨ ਆਪਾਂ ਲਿਖਣਾ ਨੁਕਸਾਨ ਨਕਸਾਨ ਨਹੀਂ ਨੁਕਸਾਨ ਲੋ ਤਾਂ ਫਿਰ ਆਪਾਂ ਨੂੰ ਥੱਲੇ ਇਹਦੇ ਪਉਣਾ ਪੈਣਾ ਔਂਕੜ ਇਹਦੇ ਨਾਲ ਬਣ ਗਿਆ ਨੁਕਸਾਨ ਜੇ ਆਪਾਂ ਲਿਖਣਾ ਹੋਵੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲਵਾਨ ਕਹਿੰਦੇ ਰੋਸਤਮ ਰੋਸਤਮੇ ਹਿੰਦ ਰੋਸਤਮੇ ਪੰਜਾਬ ਜੇ ਆਪਾਂ ਲਿਖਣਾ ਹੋਵੇ ਰੋਸਤਮ ਤੇ ਰਾਰਾ ਆਰ ਲਈ ਫੇ ਸਸਾ ਤਤਾ ਮੰਮਾ ਇਹ ਕੀ ਬਣ ਗਿਆ ਰਸਤਮ ਪਰ ਆਪਾਂ ਨੂੰ ਆਵਾਜ਼ ਕਾਦੀ ਬਣਾਉਣੀ ਆ ਰੋਸਤਮ ਦੀ ਫਿਰ ਆਪਾਂ ਨੂੰ ਇੱਥੇ ਔਂਕੜ ਤੇ ਇੱਥੇ ਔਂਕੜ ਰੋਸਤਮ ਪਰ ਕਈ ਲੋਕ ਜਿਹੜੇ ਰੋਸਤਮ ਨਹੀਂ ਲਿਖਦੇ ਉਹ ਕਹਿੰਦੇ ਰੋਸਤਮ ਸਿੱਧਾ ਯਾ ਰੋਸਤਮ ਜੇ ਰੋਸਤਮ ਕਹਿੰਦੇ ਆ ਫੇਰ ਇਥੇ ਔਂਕੜ ਨਾ ਪਾਓ ਤੇ ਫੇਰ ਇਹ ਬਣ ਜਾਂਦਾ ਰੋਸਤਮ ਜੇ ਤੁਸੀਂ ਕਹਣਾ ਰੋਸਤਮ ਤਾਂ ਫੇਰ ਥੱਲੇ ਜਿਹੜਾ ਆ ਉਹ ਔਂਕੜ ਪਉਣਾ ਪੈਣਾ ਤੇ ਆਪਾਂ ਰੰਗ ਹੁੰਦਾ ਗੁਲਾਬੀ ਗਗਾ ਔਂਕੜ ਲੱਲਾ ਕੰਨਾ ਗੁਲਾਬ ਬੀ ਬੱਬਾ ਬੱਬੇ ਨੂੰ ਬਿਹਾਰੀ ਇਹ ਬਣ ਗਿਆ ਗੁਲਾਬੀ ਪੌਲ ਦਾ ਤੁਹਾਨੂੰ ਪਤਾ ਹੀ ਆ ਪੌਲ ਜਿਹੜਾ ਹੁੰਦਾ ਉਹਨੂੰ ਆਪਾਂ ਲਿਖਣਾ ਹੋਵੇ ਪਪਾ ਔਂਕਰ ਇਹ ਬਣ ਗਿਆ ਪੌਲ ਲੱਕੜੀ ਨੂੰ ਕੋਣ ਪਤਾ ਕੋਣ ਲੱਗ ਜਾਂਦਾ ਕੀੜਾ ਜਿਹੜਾ ਹੁੰਦਾ ਉਹਨੂੰ ਕੋਣ ਆਪਾਂ ਸਾਦੇ ਆ ਜੇ ਉਹ ਲਿਖਣਾ ਹੋਵੇ ਤੇ ਇੱਥੇ ਘਾ ੋਂਕੜ ਨਾੜਾ ਬਣ ਗਿਆ ਕੋਣ ਤੇ ਕੰਨਾਂ ਚ ਵਾਲੀਆਂ ਪਾਉਣ ਵਾਲੀਆਂ ਹੁੰਦੀਆਂ ਝੁੰਮਕਾ ਇੱਕ ਅੱਖਰ ਆਪਾਂ ਉਹਦਾ ਲਿਖ ਲੈਨੇ ਆ ਇੱਥੇ ਇਧਰ ਚਿਜਾ ਤੇ ਝੇਲੂ ਔਂਕੜ ਮम्मा ਕੱਕਾ ਕਕੇ ਨੂੰ ਕੰਨਾ ਇਹ ਬਣ ਗਿਆ ਚੁਮਕਾ ਤੇ ਮੇਰੇ ਖਿਆਲ ਦੇ ਵਿੱਚ ਇਹਨੇ ਕੱਖਰ ਆਪਾਂ ਨੂੰ ਕਾਫੀ ਆ ਤੇ ਇਹ ਕੱਖਰ ਚਲੋ ਮੈਂ ਲਿਖ ਦਿੰਦਾ ਆਪਣੇ ਕਾਫੀ ਮਚੇਤਾ ਆ ਗਿਆ ਬਹੁਤ ਜਿਆਦਾ ਮਸ਼ਹੂਰ ਤੁਸੀਂ ਅੱਖਰ ਗਾਣਿਆਂ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਸੁਣਿਆ ਹੋਣਾ ਜੁਗਨੀ ਜੱਜਾ ੋਂਕੜ ਗੱਗਾ ਨੰਨਾ ਨੰਨੇ ਨੂੰ ਵਿਹਾਰੀ ਤੇ ਇੱਥੇ ਆਪਾਂ ਇਹ ਸਾਬ ਖਾਪੂਗਾ ਦਿੰਨੇ ਆ ਤੇ ਤੁਸੀਂ ਕੋਈ ਹੋਰ ਅੱਖਰ ਜਿਹੜੇ ਆ ਜਿੰਨੇ ਵੀ ਤੁਹਾਨੂੰ ਇਦਾਂ ਦੀ ਆਵਾਜ਼ ਲੱਗਦੀ ਆ ਥੱਲੇ ੋਂਕੜ ਵਾਲੀ ਉਹ ਤੁਸੀਂ ਲਿਖ ਕੇ ਪ੍ਰੈਕਟਿਸ ਕਰਨੀ ਆ ਤੇ ਨਾਲੇ ਅੱਖਰਾਂ ਦੀ ਵੀ ਪ੍ਰੈਕਟਿਸ ਹੋ ਜੂਗੀ ਤੇ ਇਹ ਤੋਂ ਜਿਹੜਾ ਅਗਲਾ ਮਾਤਰਾ ਆ ਅਗਲਾ ਜਿਹੜਾ ਸਾਇਨ ਜਾਂ ਮਾਤਰਾ ਲਗਾ ਮਾਤਰਾ ਆ ਉਹ ਹੈਗੀ ਆ ਦੁਲੈਂਕੜ ਪਹਿਲਾਂ ਆ ਹੈਗੀ ਆ ਇੱਕ ਲਕੀਰ ਥੱਲੇ ਉੱਥੇ ਫਿਰ ਦੋ ਲਕੀਰਾਂ ਇੱਕ ਦੇ ਥਾਂ ਦੋ ਲਗੜਾ ਇਹ ਜਿਹਦਾ ਥੋੜੀ ਜਹੀ ਆਵਾਜ਼ ਬਣਨ ਹੁੰਦਾ ਊ ਉਹਦੇ ਨਾਲ ਜ਼ਿਆਦਾ ਡੂੰਘੀ ਆਵਾਜ਼ ਜਿਹੜੀ ਊ ਦੀ ਬਣਨੀ ਆ ਤੇ ਉਹ ਆਪਾਂ ਤੁਹਾਡੇ ਨਾਲ ਅਗਲੇ ਹਫ਼ਤੇ ਦੇ ਵਿੱਚ 1-2 ਦਿਨਾਂ ਦੇ ਵਿੱਚ ਸਾਂਝੀ ਕਰਾਂਗੇ ਤੇ ਉਦੋਂ ਤੱਕ ਤੁਸੀਂ ਖੁਸ਼ ਰਹੋ ਤੇ ਇਹ ਵੀ ਤੁਸੀਂ ਅਭਿਆਸ ਪ੍ਰੈਕਟਿਸ ਜਿਹੜੀ ਆ ਉਹ ਜ਼ਰੂਰ ਕਰਨੀ ਆ ਰਬਰਾਖ